ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਤੁਹਾਡੀ ਨਜ਼ਰ 'ਚ ਇੱਕ ਟੈਡੀ ਬੀਅਰ ਦੀ ਕੀਮਤ ਕਿੰਨੀ ਹੋ ਸਕਦੀ ਹੈ? 100, 200 ਜਾਂ 2000? ਪਰ ਜਲੰਧਰ ਪੁਲਿਸ ਨੇ ਇੱਕ ਐਸਾ ਟੈਡੀ ਬਰਾਮਦ ਕੀਤਾ ਹੈ ਜਿਸ ਦੀ ਕੀਮਤ ਇੰਟਰਨੈਸ਼ਨਲ ਮਾਰਕੀਟ 'ਚ 10 ਕਰੋੜ ਰੁਪਏ ਸੀ। ਤੁਸੀਂ ਵੀ ਹੈਰਾਨ ਹੋ ਰਹੇ ਹੋਗੇ ਕਿ ਆਖਰਕਾਰ ਇਸ ਟੈਡੀ ਦੇ ਵਿੱਚ ਕੀ ਸੀ। ਆਓ ਤੁਹਾਨੂੰ ਦੱਸ ਦਿੰਦੇ ਹਾਂ, ਇਸ ਟੈਡੀ 'ਚ ਸੀ ਚਿੱਟਾ। ਜਲੰਧਰ ਪੁਲਿਸ ਨੇ ਬਰਾਮਦ ਕੀਤੀ ਹੈ ਕਰੀਬ 2 ਕਿਲੋ ਹੈਰੋਇਨ, ਜੋ ਕਿ ਟੈਡੀ ਬੀਅਰ ਦੀ ਆੜ ਦੇ ਵਿੱਚ ਦਿੱਲੀ ਤੋਂ ਜਲੰਧਰ ਲਿਆਈ ਜਾ ਰਹੀ ਸੀ। ਜਲੰਧਰ ਪੁਲਿਸ ਨੇ ਨਾਕੇ ਦੇ ਉੱਤੇ ਇੱਕ ਗੱਡੀ ਰੋਕੀ। ਇਸ ਗੱਡੀ ਦੇ ਵਿੱਚ 2 ਮਿਜ਼ੋਰਮ ਦੀਆਂ ਲੜਕੀਆਂ ਸੀ। ਇਸ ਤੋਂ ਇਲਾਵਾ ਇੱਕ ਅਫਗਾਨੀ ਅਤੇ ਇੱਕ ਨਾਇਜੀਰੀਅਨ ਨਾਗਰਿਕ ਵੀ ਸੀ। ਮਿਜ਼ੋਰਮ ਦੇ ਇੱਕ ਲੜਕੀ ਦੇ 5 ਮਹੀਨੇ ਦਾ ਬੱਚਾ ਵੀ ਉਸਦੇ ਨਾਲ ਸੀ। ਬੱਚੇ ਦੇ ਨਾਲ ਸੀ ਇੱਕ ਟੈਡੀ ਬੀਅਰ। ਟੈਡੀ ਬੀਅਰ ਦੇਖ ਕੇ ਪੁਲਿਸ ਵੀ ਹੈਰਾਨ ਹੋ ਗਈ, ਪਰ ਪੁਲਿਸ ਨੇ ਜਦ ਟੈਡੀ ਬੀਅਰ ਦੀ ਤਲਾਸ਼ੀ ਲਿੱਤੀ ਤਾਂ ਅੰਦਰੋਂ ਨਿਕਲੀ ਹੈਰੋਇਨ। ਇਸ ਤੋਂ ਇਲਾਵਾ ਇਸ ਟੈਡੀ ਬੀਅਰ ਦੇ ਨਾਲ ਹੀ ਇੱਕ ਬੈਗ ਦੇ ਵਿੱਚੋਂ ਵੀ ਜੂਸ ਦੀ ਆੜ ਦੇ ਵਿੱਚ ਰੱਖੀ ਗਈ ਹੈਰੋਇਨ ਬਰਾਮਦ ਕੀਤੀ ਗਈ ਹੈ। ਤੁਸੀਂ ਆਪ ਹੀ ਸੁਣੋ ਕਿਵੇਂ ਹੋਈ ਹੈ ਬਰਾਮਦ। ਦੀ ਹਦਾਇਤਾਂ ਤੇ DGP ਪੰਜਾਬ ਸ਼੍ਰੀ ਸੁਰੇਸ਼ ਅਰੋੜਾ ਜੀ ਦੇ ਜਿਹੜੀ ਮੁਹਿੰਮ ਚਲਾਈ ਹੋਈ ਹੈ ਨਸ਼ਿਆਂ ਦੇ ਖਿਲਾਫ, ਕੱਲ ਸ਼ਾਮੀ ਉਸ ਵਕਤ ਜਦੋਂ ਕਿ 6:30 PM ਸ਼ਾਮ ਨੂੰ ਸਵਿਫਟ ਕਾਰ ਜਲੰਧਰ ਰੂਰਲ ਪੁਲਿਸ ਨੇ ਰੋਕੀ ਤੇ ਇਸ ਮੁਹਿੰਮ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ। ਜਦੋਂ ਉਸ ਸਵਿਫਟ ਨੂੰ ਰੋਕ ਕੇ ਚੈੱਕ ਕੀਤਾ ਗਿਆ ਤੇ ਉਹਦੇ ਵਿੱਚੋਂ ਤਕਰੀਬਨ 2 ਕਿਲੋ ਹੈਰੋਇਨ ਰਿਕਵਰ ਹੋਈ ਹੈ। ਜਿਸ ਪਾਰਟੀ ਨੂੰ ਲੀਡ ਕਰ ਰਹੇ ਸੀਗੇ ਸਾਡੇ SP ਡਿਟੈਕਟਿਵ SP ਕ੍ਰਾਈਮ ਬਲਕਾਰ ਸਿੰਘ ਜੀ, ਨਾਲ ਇਹਨਾਂ ਦੇ ਸੀਗੇ DSP ਕਪਿਲ ਜੀ, DSP ਕਰਤਾਰਪੁਰ, ਐਂਡ SHO ਸਾਡੇ ਰਮਨ, SHO ਮਕਸੂਦਾ, ਜਿਨ੍ਹਾਂ ਨੇ ਕਾਫੀ ਇਸ ਕੇਸ ਦੇ ਵਿੱਚ ਮਿਹਨਤ ਕੀਤੀ ਸੀ। ਇਹਨਾਂ ਨੂੰ ਉਹ ਗੱਡੀ ਰੋਕ ਕੇ ਚੈੱਕ ਕਰਨ 'ਤੇ ਤਕਰੀਬਨ 2 ਕਿਲੋ ਹੈਰੋਇਨ ਮਿਲੀ ਹੈ। ਅਤੇ ਇਹਦੇ ਵਿੱਚ ਜਿਹੜੀ ਮੇਨ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਹੁਣ 2 ਮਿਜ਼ੋਰਮ ਲੜਕੀਆਂ ਅਤੇ 1 ਅਫਰੀਕਨ ਨੈਸ਼ਨਲ ਵੀ ਫੜਿਆ ਗਿਆ। ਇਹ ਨਵਾਂ ਟ੍ਰੈਂਡ ਮਿਲਿਆ ਜਿਹਦੇ ਵਿੱਚ ਅਫਰੀਕਨ ਨੈਸ਼ਨਲ ਜਿਹੜਾ ਕਿ ਇੱਕ ਨਾਈਜੀਰੀਅਨ ਹੈ ਜਿਸਦਾ ਨਾਮ ਉਹਾਸ ਉਗੋ ਹੈ, ਇਹਨੇ ਅੱਗੇ 2 ਲੜਕੀਆਂ ਦਾ ਸਹਾਰਾ ਲਿਆ ਜਿਹੜੀਆਂ ਕਿ ਮਿਜ਼ੋਰਮ ਦੀਆਂ ਰਹਿਣ ਵਾਲੀਆਂ, ਜਿਨ੍ਹਾਂ ਦਾ ਨਾਮ ਮੈਪਹੂਈ ਅਤੇ ਚੁਹਾਟੂ ਪੂਈ ਹੈ। ਇਹਨਾਂ 'ਚੋਂ 1 ਦਾ ਹਸਬੈਂਡ ਸੀਗਾ ਅਮੀਰ ਅਲੀ, ਉਹਦਾ ਵੀ ਅਸੀਂ ਜਿੰਨੀ ਹੁਣ ਤੱਕ ਪੁੱਛਗਿੱਛ ਕੀਤੀ ਹੈ ਉਹ ਪਿੱਛੋਂ ਅਫਗਾਨਿਸਤਾਨ ਦਾ ਰਹਿਣ ਵਾਲਾ ਹੈ ਅਤੇ ਇਹ ਸ਼ਰਧਾਲੂ ਦਿੱਲੀ ਆ ਕੇ ਰਹਿ ਰਿਹਾ। ਇਹਨਾਂ 4 ਨੇ ਪਲਾਨ ਬਣਾ ਕੇ ਬੜੇ ਕੌਨਸਪਰੇਸੀ ਕਹਿ ਸਕਦੇ ਇਹਨਾਂ ਨੇ ਇੱਕ ਕਰਕੇ, ਅਤੇ ਇੱਕ ਕਾਰ ਜਿਸਦਾ ਨੰਬਰ ਪੰਜਾਬ ਦਾ ਹੈਗਾ, ਉਹ ਕਾਰ ਇਹਨਾਂ ਨੇ ਔਨਲਾਈਨ ਹਾਇਰ ਕੀਤੀ, ਜਾਣ ਕੇ ਇਹਨਾਂ ਨੇ ਉਹ ਕਾਰ ਪੰਜਾਬ ਦਾ ਨੰਬਰ ਵਾਲੀ ਲਈ, ਕਿਉਂਕਿ ਜਦੋਂ ਇਹ ਪੰਜਾਬ 'ਚ ਆਉਣ ਤਾਂ ਇਸ ਦੀ ਚੈਕਿੰਗ ਨਾ ਹੋ ਪਾਵੇ। ਬਟ ਉੱਥੇ ਜਿਹੜੀ ਪਾਰਟੀ ਸੀਗੀ ਉਹ ਬਹੁਤ ਅਲਰਟ ਸੀਗੀ। SHO ਮਕਸੂਦਾ, SP ਬਲਕਾਰ ਸਿੰਘ ਜੀ, ਕਪਿਲ ਜੀ, ਇਹਨਾਂ ਸਾਰਿਆਂ ਨੇ ਜਦੋਂ ਵੇਖਿਆ ਕਿ ਇਹਦੇ ਵਿੱਚ ਕੁਛ ਮਿਜ਼ੋਰਮ ਦੀਆਂ ਜਾਂ ਨੌਰਥ ਈਸਟ ਟਾਈਪ ਦੀਆਂ ਲੜਕੀਆਂ ਬੈਠੀਆਂ ਨੇ, ਨਾਲ ਇੱਕ ਅਫਰੀਕਨ ਨੈਸ਼ਨਲ ਬੈਠਿਆ, ਅਤੇ ਇਹਨਾਂ ਨੇ ਉਸ ਦੀ ਚੈਕਿੰਗ ਪ੍ਰੋਪਰ ਕੀਤੀ। ਜਦੋਂ ਚੈਕਿੰਗ ਕੀਤੀ ਤਾਂ ਇਹਨਾਂ ਦੇ ਕੋਲ ਇੱਕ ਬੱਚਾ ਵੀ ਸੀਗਾ ਅਤੇ ਇੱਕ ਟੈਡੀ ਬੀਅਰ ਇਹਨਾਂ ਨੇ ਉੱਥੇ ਕੋਲ ਆਪਣੇ ਰੱਖਿਆ ਹੋਇਆ ਸੀ। ਅਤੇ ਟੈਡੀ ਬੀਅਰ ਇੱਕ ਵਾਰੀ ਤਾਂ ਦੇਖ ਕੇ ਮੈਨੂੰ SP ਸਾਹਿਬ ਦੱਸ ਰਹੇ ਸੀਗੇ ਕਿ ਇਹਨਾਂ ਨੇ ਵਾਪਸ ਰੱਖ ਦਿੱਤਾ, ਪਰ ਫਿਰ ਇਹਨਾਂ ਨੂੰ ਸ਼ੱਕ ਪਿਆ ਅਤੇ ਜਦੋਂ ਇਹਨਾਂ ਨੇ ਉਹ ਟੈਡੀ ਬੀਅਰ ਖੋਲ੍ਹ ਕੇ ਵੇਖਿਆ ਤਾਂ ਉਹਦੇ ਵਿੱਚੋਂ ਇਹਨਾਂ ਨੂੰ ਹੈਰੋਇਨ ਪ੍ਰਾਪਤ ਹੋਈ। ਇਸੇ ਤਰੀਕੇ ਜਿਹੜਾ ਅਫਰੀਕਨ ਨੈਸ਼ਨਲ ਸੀ, ਉਹਨੇ ਆਪਣੇ ਜਿਹੜਾ ਹੱਥ 'ਚ ਬੈਗ ਰੱਖਿਆ ਹੋਇਆ ਸੀ ਉਹਦੇ ਵਿੱਚ ਪੀਣ ਵਾਲੇ ਫਰੂਟ ਦੇ ਜਿਹੜੇ ਕੈਨ ਸੀਗੇ, ਜਿਹੜੇ ਫਰੂਟ ਦੇ ਹੁੰਦੇ ਫਰੂਟੀਕਾਨਾ ਟਾਈਪ, ਉਹਨਾਂ ਦੇ ਵਿੱਚ ਉਹਨੇ ਹੈਰੋਇਨ ਲੁਕਾਈ ਹੋਈ ਸੀ। ਸਰ, ਆਪਸ 'ਚ ਇਹਨਾਂ ਦਾ ਲਿੰਕ ਕਿੱਦਾਂ ਹੋਇਆ? ਇਹ ਹੁਣ ਗੱਲ ਅਸੀਂ ਪਤਾ ਕਰਾਂਗੇ, ਬਟ ਇਹ ਅੱਗੇ ਵੀ ਗੱਲ ਸਾਹਮਣੇ ਆਈ ਹੈ ਕਿ ਮਿਜ਼ੋਰਮ ਵਾਲਿਆਂ ਨੂੰ ਜਿਹੜੇ ਲੜਕੀਆਂ ਖਾਸ ਕਰਕੇ ਜਿਹੜੀਆਂ ਕਿ ਗਲੇਬਲ ਹੁੰਦੀਆਂ ਨੇ, ਉਹਨਾਂ ਨੂੰ ਇਹ ਅਫਰੀਕਨ ਨੈਸ਼ਨਲਸ ਲਾਲਚ ਦੇ ਕੇ ਤੇ ਯੂਜ਼ ਕਰਦੇ। ਸਰ, ਇਹ ਹੀਰੋਇਨ ਕਿੱਥੇ ਸਪਲਾਈ ਕਰਦੇ ਸੀ, ਕੁਝ ਪਤਾ ਲੱਗਾ? ਇਹ ਹੁਣ ਪੁੱਛਗਿੱਛ ਕਰਾਂਗੇ, ਕਿਉਂਕਿ ਇਹਨਾਂ ਨੂੰ ਫੜ ਕੇ ਇਹਨਾਂ ਦਾ ਹੁਣ ਰਿਮਾਂਡ ਲਿਆ ਜਾਏਗਾ, ਐਂਡ ਰਿਮਾਂਡ ਲੈਣ ਤੋਂ ਬਾਅਦ ਫਿਰ ਇਹਨਾਂ ਦੀ ਡਿਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ। ਸਰ, ਪਹਿਲੇ ਵੀ ਇਹਨਾਂ ਤੋਂ ਕੋਈ ਪਰਚਾ ਦਰਜ ਹੈ? ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ, ਬਟ ਉਹ ਦਿੱਲੀ ਪੁਲਿਸ ਨਾਲ ਅਸੀਂ ਰਾਬਤਾ ਕਾਇਮ ਕਰ ਰਹੇ ਹਾਂ ਅਤੇ ਉੱਥੋਂ ਪਤਾ ਲੱਗ ਜਾਏਗਾ ਅਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਿੱਥੋਂ ਕਿੱਧਰੋਂ ਆ ਰਹੀ ਸੀ ਸਰ? ਇਹ ਕਾਰ ਫਰੋਮ ਫਗਵਾੜਾ ਸਾਈਡ ਆ ਰਹੀ ਸੀ, ਇਹਨੂੰ ਬੇਦੀਪੁਰ ਨਾਕੇ 'ਤੇ ਇੰਟਰਸੈਪਟ ਕੀਤਾ। ਕਿਸ ਬੀਜੇ 'ਤੇ ਲੈ ਕੇ ਆਈ ਸੀ ਇੱਥੇ? ਇਹ ਹੁਣ ਗੱਲ ਕਲੀਅਰ ਕਰਾਂਗੇ, ਕਿਉਂਕਿ ਇਹਨਾਂ ਦੇ ਪਾਸਪੋਰਟਸ ਜਿਹੜੇ ਮਿਜ਼ੋਰਮ ਵਾਲੇ ਆ ਉਹ ਤਾਂ ਕਿਉਂਕਿ ਸਾਡੀ ਸਟੇਟ ਹੈ ਉਹਦੇ 'ਤੇ ਪਾਸਪੋਰਟਸ ਦੀ ਕੋਈ ਲੋੜ ਨਹੀਂ ਹੈਗੀ, ਬਟ ਜਿਹੜਾ ਅਫਰੀਕਨ ਨੈਸ਼ਨਲ ਆ ਇਹਦਾ ਪਾਸਪੋਰਟ ਮੰਗਾ ਕੇ ਚੈੱਕ ਕਰਾਂਗੇ
ਐਂਡ ਇਹਦੀ ਜਿਹੜੀ ਐਮਬੈਸੀ ਹੈ ਉਹਨੂੰ ਵੀ ਲਿਖਾਂਗੇ। ਠੀਕ ਹੈ, ਥੈਂਕ ਯੂ।